ਜਿਹੜੇ ਅੱਜ ਡੈਥ ਹੋਈ ਉਹਨਾਂ ਦੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਬੜੇ ਹੀ ਮਹਾਨ ਗਵਈਏ ਸ਼੍ਰੀ ਸਤਿਗੁਰੂ ਸਿਕੰਦਰ ਸਾਹਿਬ, ਜਿਨ੍ਹਾਂ ਦਾ ਅੱਜ ਸਵਰਗਵਾਸ ਹੋ ਗਿਆ। ਜਦੋਂ ਖਬਰ ਸੁਣੀ ਤਾਂ ਮੈਨੂੰ ਇਹ ਸੱਚ ਨਹੀਂ ਆਇਆ, ਕਿਉਂਕਿ ਇੱਦਾਂ ਦੀਆਂ ਗੱਲਾਂ ਝੂਠ ਨਹੀਂ ਹੁੰਦੀਆਂ। ਜੇ ਝੂਠ ਹੋ ਜਾਵੇ ਤਾਂ ਅਸੀਂ ਸਾਰੇ ਭਾਗਾਂ ਵਾਲੇ ਹੁੰਦੇ। ਜਿੱਥੇ ਸਤਿਗੁਰ ਸਿਕੰਦਰ ਜੀ ਬੜੇ ਮਹਾਨ ਗਵਈਏ ਸਨ, ਇੱਦਾਂ ਦੇ ਕਲਾਕਾਰ ਹਜ਼ਾਰਾਂ ਸਾਲਾਂ ਬਾਅਦ ਲੱਖਾਂ ਮੀਲਾਂ 'ਤੇ ਅਤੇ ਕਰੋੜਾਂ ਬੰਦਿਆਂ 'ਚੋਂ ਇੱਕ ਪੈਦਾ ਹੁੰਦੇ ਹਨ, ਉਹ ਸਨ ਸਤਿਗੁਰ ਸਿਕੰਦਰ ਜੀ। ਸਾਡੇ ਪੰਜਾਬੀ ਜਗਤ ਨੂੰ, ਪੰਜਾਬੀ ਸੰਗੀਤਕ ਪਰਿਵਾਰ ਨੂੰ ਬਹੁਤ ਵੱਡਾ ਘਾਟਾ, ਪੰਜਾਬੀ ਸੱਭਿਆਚਾਰ ਨੂੰ, ਪੰਜਾਬੀਅਤ ਨੂੰ, ਪੰਜਾਬੀ ਮਾਂ ਬੋਲੀ ਨੂੰ ਬੜਾ ਘਾਟਾ। ਉੱਥੇ ਸਾਡੇ ਪਰਿਵਾਰ ਨੂੰ, ਸਾਡੇ ਭੈਣ ਜੀਆਂ ਵਰਨੂਰੀ ਅਤੇ ਦੋਨਾਂ ਬੱਚਿਆਂ ਨੂੰ ਇਹ ਬਹੁਤ ਹੀ ਵੱਡਾ ਘਾਟਾ, ਵਿਛੋੜਾ ਹੈ ਜਿਹੜਾ ਨਾ ਝੱਲਣ ਵਾਲਾ। ਹਜੇ ਭਾਅ ਜੀ ਦੀ ਹੋਰ ਲੰਬੀ ਉਮਰ ਪਰਮਾਤਮਾ ਬਖਸ਼ਦਾ, ਅਤੇ ਸਾਡੇ ਪੰਜਾਬੀ ਮਾਂ ਬੋਲੀ ਦੇ ਬੜੇ ਅਨੇਕਾਂ ਉਹਨਾਂ ਨੇ ਗੀਤ ਝੋਲੀ ਪਾਉਣੇ ਸਨ। ਮੈਂ ਬੜੇ ਦੁੱਖ ਨਾਲ ਇਹ ਕਹਿ ਰਿਹਾ ਵੀ ਇਹ ਜਿਹੜਾ ਘਾਟਾ ਨਾ ਪੂਰਾ ਹੋਣ ਵਾਲਾ ਸਾਡੇ ਪੰਜਾਬੀ ਸੰਗੀਤ ਪਰਿਵਾਰ ਨੂੰ, ਸਤਿਗੁਰ ਸਿਕੰਦਰ ਦੇ ਸਾਰੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ ਬਹੁਤ ਵੱਡਾ ਘਾਟਾ, ਅਸਹਿ ਵਿਛੋੜਾ ਜਿਹੜਾ ਕਿ ਨਾ ਝੱਲਣ ਵਾਲਾ। ਮੈਂ ਸੱਚੇ ਪਾਤਸ਼ਾਹ ਪਰਮਾਤਮਾ ਅੱਗੇ ਇਹੀ ਅਰਦਾਸ ਬੇਨਤੀ ਕਰਦਾ ਵੀ ਸਾਡੇ ਸਤਿਕਾਰਯੋਗ ਸਤਿਗੁਰ ਭਾਅ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਅਸਥਾਨ ਬਖਸ਼ਣਾ, ਪਰਿਵਾਰ ਨੂੰ, ਸੰਗੀਤਕ ਪਰਿਵਾਰ ਨੂੰ, ਪੰਜਾਬੀ ਜਗਤ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣਾ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।